मान कर रहे भरावा ला दंदा मैं जी हूं चला भैन जी जन द्वारे हाँ जी सत श्री अकाल जी स्वागत है दोस्तों अपने यूट्यूब चैनल ते फेसबुक पेज ते लै भी दोस्तों अज आप पहुँचे हाँ मौड़ पशु मंडी ते जिहड़ी कि महीने च एक बारी लगती हैगी ते 20 तरीक नूं अज 20/4/2023 नूं आपां मंडी ते पहुँचे हाँ ते दोस्तों जिहड़ी मंडी तुहानूं पता ही है तुसीं देख सकदे हो खुरलियां वेलियां पईआं गईआं जिहड़ियां कितें भरियां हुंदियां गईआं क्योंकि सीजन दा टाइम हैगा कणक दा ते मंडी खाली रही अज ते बाकी वीडियो दे विच पशुआं दी डिटेल लैती होई हैगी ते ओह च तुसीं मझां चैकआउट कर लिओ जे किसे वीर नूं पसंद आ गईआं तां तुसीं बाईआं दा नंबर दित्ते होया कनैक्ट करके तुसीं खरीद सकदे हो। मंडी थोड़ी अज मंदी रही है पूरी मंदी रही हैगी सीजन दा करके ते आज भी वीडियो दे एंड तक बने रहो ते चैनल नूं अपने नूं कर लिओ यूट्यूब चैनल नूं कर लिओ सबसक्राइब ते जे इह वीडियो तुसीं फेसबुक पेज ते देख रहे हो तां पेज नूं जरूर फॉलो कर लिओ ते वीडियो नूं लास्ट तक जरूर देखा करो ते आज दिखाउणे फिर तुहानूं मंडी दा माहौल अगे की गल्लबात आ की रेट रहिंदे हैगे गर्म आ के तेज आ ठंडी हैगी मंडी ते सारी तुहानूं गल्लबात कराउणे आ बाईआं दे नाल कनैक्ट नंबर लै के दिंदे आ ते आ जाओ जी ते तुसीं देख सकदे हो दोस्तों सौदे होई जांदे हैगे जिहड़ियां मझां हैगियां गियां ते मझां बहुत सोहनिया पहुंचिया सी मंडी ते बाकी आपां डिटेल लैती हुई है कुछ मझां दी ते तुसीं देख लिओ लास्ट तक वीडियो नूं जे तुहानूं मझ पसंद आ गई तां तुसीं बाईआं नाल कनैक्ट करके खरीद लिओ। मंडी दा माहौल ठंडा ही रहा अज ते बाकी एंड तक बने रहो वीडियो दे सारी डिटेल मिल जू आ जाओ जी। फिर तुहानूं एक मझ तोर के दिखाउणे आ बाई दी आपां हरियाणे दी झोटी आ फानले वार्डर क्वालिटी चैक कर लो आर्डर बहुत सोहना लग्या होया सोनू आपां इक साइड तो दिखा दिंदे आ ते सिंगा सुंगा दी बहुत सोहनी। हाँ जी भाई सत श्री अकाल ਕਿਹੜੀ ਜਗ੍ਹਾ ਤੋਂ ਆਏ ਬਾਈ ਆਪਾਂ ਰਾਜਸਥਾਨ ਗੰਗਾਨਗਰ ਰਾਜਸਥਾਨ ਗੰਗਾਨਗਰ ਹਾਂ ਜਿਹੜੀ ਬਾਈ ਆਪਣੀ ਆਹ ਝੋਟੀ ਹੈ ਕਿਵੇਂ ਸੂਏ ਸੂਏ ਸੋਨਾ ਲਈ 30 ਰੁਪਏ ਦਾ ਬੰਚਾ ਦੇਗੀ ਜੀ। ਠੀਕ ਹੈ ਜੀ ਅਭੀ ਕਿੰਨਾ ਦਿਨ ਬਾਕੀ ਹੈ ਇਸ ਕਾ ਅਭੀ 5-7 ਦਿਨ ਬਾਕੀ ਹੈ ਜੀ 5-7 ਦਿਨ ਬਾਕੀ ਆ ਠੀਕ ਹੈ ਠੀਕ ਹੈ ਤੇ ਕੀ ਮਾਲ ਮੁੱਲ ਕਰਦੇ ਦਾ ਇਸ ਕਾ 1.45 ਮੁੱਲ ਕਰ ਰਹੇ ਜੀ 1,45,000 ਹਾਂ ਜੀ ਠੀਕ ਆ ਤੀਸਰੇ ਬਿਆਨ ਸੁਣੀ ਹੈ ਜੀ ਤੀਸਰੇ ਬਿਆਨ ਸੁਣੀ ਹੈ ਠੀਕ ਆ ਤੇ ਦੂਸਰੇ ਬਿਆਨ ਦਾ ਕਿੰਨਾ ਦੁੱਧ ਹੈ ਇਸ 18 ਲੀਟਰ ਤੇ ਇਸ ਵਾਰ ਕਿਤਨੀ ਉਮੀਦ ਹੈ ਵੀ ਕਿਤਨਾ ਦੇਗੀ 18 ਸੇ ਕਮ ਦੇਗੀ ਨਹੀਂ ਵੱਡ ਜਾਏ ਉੱਪਰ ਦੇ ਸਕਦੀ 18 ਸੇ ਕਮ ਤੋਂ ਦੇਗੀ ਨਹੀਂ 18 ਸੇ ਕਮ ਤੋਂ ਦੇਗੀ ਨਹੀਂ ਰਾਜਸਥਾਨ ਕੀ ਹੈ ਗੰਗਾਨਗਰ ਇਹ ਤੋਰੀ ਮੜਾ ਜਾਏ ਨੂੰ ਤੋਰ ਦੇ ਲੈ ਵੀ ਦੋਸਤੋ 18 ਤੋਂ ਕਮ ਨਹੀਂ ਤੇ ਦੂਸਰੇ ਬਿਆਨ ਦਾ ਕਹਿੰਦਾ ਬਾਈ ਕਹਿੰਦਾ ਵੀ ਇਹਨੇ 18 ਲੀਟਰ ਦੁੱਧ ਦਿੱਤਾਗਾ ਤੇ ਆਰਡਰ ਬਹੁਤ ਸੋਹਣਾ ਹੈਵੀ ਵੇਟ ਤੀਜੇ ਸੂਏ ਸੋਹਣਾ ਮੱਝ ਨੇ ਤੇ ਹੈਵੀ ਵੇਟ ਮੱਝ ਹੈਗੀ ਪੂਰੀ ਵਧੀਆ ਸੋਹਣੀ ਆ ਪਿੱਠਪੁੜੇ ਦੀ ਤੇ ਆਰਡਰ ਤੁਸੀਂ ਦੇ ਸਕਦੇ ਹੋ ਹਜੇ 5-7 ਦਿਨਾਂ ਦੀ ਕੱਚੀ ਆ ਦੋਸਤੋ ਅਤੇ ਸਿੰਗਾਂ ਸੁੰਗਾਂ ਦੀ ਸੋਹਣੀ ਆ ਬਾਕੀ ਆਪਾਂ ਬਾਈ ਤੋਂ ਡਿਟੇਲ ਲੈਂਦੇ ਹਾਂ ਵੀ ਕੀ ਮਾਲ ਮੁੱਲ ਕਰਦਾ ਗਾ ਅਤੇ ਤੁਹਾਡੇ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਸੋਹਣੀ ਮੱਝ ਆ ਗਈ ਅਤੇ ਬੈਕ ਸਾਈਡ ਤੋਂ ਤੁਸੀਂ ਤੁਹਾਡੀ ਵੀ ਚੈੱਕ ਕਰ ਲਓ ਅਤੇ ਆਪਾਂ ਨੰਬਰ ਲੈ ਕੇ ਦਿੰਦੇ ਹਾਂ ਬਾਈ ਦਾ ਅਤੇ ਮੁੱਲ ਪੁੱਛਦੇ ਹਾਂ ਵੀ ਕਿੰਨਾ ਮੰਗਦਾ ਗਾ ਮੁੱਲ ਕਿੰਨਾ ਮੰਗਦੇ ਹੋ ਬਾਈ ਦਾ 1.45 ਠੀਕ ਆ ਲੈਣ ਦੇਣ ਕਿੱਥੋਂ ਤੱਕ ਆ 25 ਦੀ ਛੱਡ ਦੇਣੀ ਠੀਕ ਆ ਹੁਣ ਕਿੰਨਾ ਲੱਗ ਚੁੱਕਿਆ ਇਹ ਤੇ ਲੱਗੀ ਹੈ 17,000 ਰੁਪਏ ਲੱਗੇ ਜੀ 1,17,000 ਠੀਕ ਹੈ ਜੀ 1.25 ਤੱਕ ਸਾੜ ਦੇਵਾਂਗੇ ਅਤੇ ਮੋਬਾਈਲ ਨੰਬਰ ਬੋਲਿਆ ਆਪਣਾ 98-296 ਜੀਰੋ ਹਾਂਜੀ 89-89 ਨਵਾਂ 8 ਆਏਗਾ 099 ਹਾਂ 98-296 ਜੀਰੋ 99 98-296 ਜੀਰੋ 89-30 ਲਾਸਟ 30 ਹੈ ਲਾਸਟ 30 ਹਾਂਜੀ ਠੀਕ ਹੈ 099-30 ਹੈਗਾ ਪਿੱਛੇ ਹਾਂਜੀ 099 ਠੀਕ ਆ ਠੀਕ ਆ ਠੀਕ ਆ ਲੈ ਵੀ ਬਾਈ ਦਾ ਆਹ ਨੰਬਰ ਹੈਗਾ ਅਤੇ ਤੁਸੀਂ ਕਨੈਕਟ ਕਰ ਲਿਓ ਨੰਬਰ ਆਪਾਂ ਸਕਰੀਨ 'ਤੇ ਲਾ ਦਾਂਗੇ
ਇਹ ਬਾਈ ਕਹਿੰਦਾ ਐਤਕੀ 18 ਪਲੱਸ ਦੋ ਗਈ ਤੀਜੇ ਸੂਏ ਸੂਨ 'ਚ ਹਜੇ ਇਹਦੇ 7 ਦਿਨ ਬਾਕੀ ਆ ਬਾਕੀ 2-4 ਦਿਨ ਉੱਤੇ ਲਿਜਾ ਸਕਦੀ ਹੁੰਦੀ ਆ ਮੱਝਾਂ ਅਤੇ ਤੁਹਾਡੇ ਤੁਸੀਂ ਚੈੱਕ ਕਰ ਲਿਓ ਅਤੇ ਨੰਬਰ ਆਪਾਂ ਸਕਰੀਨ 'ਤੇ ਚੱਲੀ ਜਾਂਦਾ ਤੁਸੀਂ ਕਨੈਕਟ ਕਰ ਲਿਓ ਠੀਕ ਆ ਜੀ ਆ ਜੋ ਹੋਰ ਦਿਖਾਉਣਾ ਤੁਹਾਨੂੰ ਵੀ ਦੋਸਤੋ ਤੁਹਾਨੂੰ ਇੱਕ ਬਾਈ ਦੀ ਆਪਾਂ ਮੱਝ ਤੋਰ ਕੇ ਦਿਖਾਉਣੇ ਹੈਗੇ ਅਤੇ ਮੱਝ ਸੋਹਣੀ ਸੁਨੱਖੀ ਆ ਅਤੇ ਬਾਈ ਪੂਰੀ ਸੰਗਾਰੀ ਫਿਰਦਾ ਗਾ ਆਰਡਰ ਉਰਡਰ ਤੁਸੀਂ ਬੈਕ ਸਾਈਡ ਤੋਂ ਚੈੱਕ ਕਰ ਲਓ ਆਰਡਰ ਬਹੁਤ ਸੋਹਣਾ ਲੱਗਿਆ ਹੋਇਆ ਬਾਕੀ ਆਪਾਂ ਬਾਈ ਤੋਂ ਡਿਟੇਲ ਲੈ ਕੇ ਦੇਵਾਂਗੇ ਤੁਹਾਨੂੰ ਵੀ ਕੀ ਮਾਲ ਮੁੱਲ ਕਰਦਾ ਕਿਵੇਂ ਸੂਏ ਸੂਈ ਹੈਗੀ ਸਾਰੀ ਡਿਟੇਲ ਤੁਹਾਨੂੰ ਕਨਫਰਮ ਕਰਵਾਉਂਦੇ ਹਾਂ ਬਾਈ ਤੋਂ ਆਪਾਂ ਅਤੇ ਪੁੱਛਦੇ ਹਾਂ ਕਿਹੜਾ ਪਿੰਡ ਆ ਕਿੰਨਾ ਕੁ ਰੇਟ ਮੰਗਦਾ ਬਾਈ ਅਤੇ ਮੌੜ ਪਸ਼ੂ ਮੰਡੀ 'ਤੇ ਬਾਈ ਮੱਝ ਲੈ ਕੇ ਆਇਆ ਆਪਦੀ ਅਤੇ ਕਰਾਉਂਦੇ ਹਾਂ ਗੱਲਬਾਤ ਆ ਤੁਰਦੀ ਨੂੰ ਤੁਸੀਂ ਸਾਈਡ ਤੋਂ ਆਰਡਰ ਕੁਆਲਿਟੀ ਚੈੱਕ ਕਰ ਲਓ ਅਤੇ ਬੈਕ ਸਾਈਡ ਤੋਂ ਆਰਡਰ ਕੁਆਲਿਟੀ ਦਿਖਾ ਦਿੰਦੇ ਤੁਹਾਨੂੰ ਆਪਾਂ ਮਾਰ ਕੇ ਆਰਡਰ ਬਹੁਤ ਸੋਹਣਾ ਲੱਗਿਆ ਹੋਇਆ ਖੜਾ ਲਾ ਬਾਈ ਉਰੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਬਾਈ ਆਪਾਂ ਮਾਨਸਾ ਤੋਂ ਠੀਕ ਆ ਅਤੇ ਜਿਹੜੀ ਬਾਈ ਆਪਾਂ ਮੱਝ ਤੋਰ ਕੇ ਦਿਖਾਈ ਆ ਇਹਦੀ ਕੀ ਡਿਟੇਲ ਆ ਗਈ ਦੁੱਧ ਹੈਗਾ ਥੱਲੇ 18 ਲੀਟਰ 18 ਲੀਟਰ ਸੂਈ ਹੋਈ ਆ ਮਗਰ ਕੀ ਬੱਚਾ ਗਾ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ 12 ਕੁ ਦਿਨ ਹੋ ਗਏ ਸੂਈ ਨੂੰ ਠੀਕ ਆ 18 ਕਿਲੋ ਦੁੱਧ ਤਿਆਰ ਆ ਜਮਾਂ ਡੱਬਾ ਮਾਰ ਕੇ ਲੈ ਵੀ ਦੋਸਤੋ ਥਾਨ ਤੁਸੀਂ ਚੈੱਕ ਕਰ ਲਓ ਸਾਈਡ ਤੋਂ ਚਾਰੇ ਥਾਨ ਇੱਕੋ ਜਿਹੇ ਆ ਅਤੇ 18 ਕਿਲੋ ਬਾਈ ਦੁੱਧ ਦੱਸਦਾ ਵੀ ਤਿਆਰ ਆ ਦੋ ਡੰਗ ਚਵਾ ਦੋਗੇ ਬਾਈ ਠੀਕ ਆ ਵਪਾਰ ਦਾ ਕੰਮ ਆ ਕੇ ਕਰਦੀ ਮੱਝ ਆ ਕਰਦੀ ਹੈਗੀ ਠੀਕ ਆ ਊਂ ਮੱਝ ਕਰਦੀ ਹੈਗੀ ਠੀਕ ਆ ਅਤੇ ਕੀ ਮਾਲ ਮੁੱਲ ਕਰਦੇ ਹੋ ਬਾਈ ਮੁੱਲ 1.5 ਲੱਖ ਆ ਅਤੇ ਲੈਣ ਦੇਣ ਪੈਂਤੀ ਦੀ ਹੋਰ ਵੀ ਮੌਕੇ 'ਤੇ ਮਾਨ ਤਾਨ ਹੋ ਜੂਗਾ ਠੀਕ ਹੈ ਜੀ ਲੈ ਵੀ ਦੋਸਤੋ ਬਾਈ 1.5 ਲੱਖ ਮਾਂ ਦਾ ਕਹਿੰਦਾ ਇੱਕ ਆਪਾਂ 35 ਦੀ ਸਾੜ ਦਿਆਂਗੇ ਅਤੇ ਬਾਕੀ ਕਹਿੰਦਾ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਤਾਂ ਕਹਿੰਦਾ ਬਾਈ ਕਹਿੰਦਾ ਆਪਾਂ ਹੋਰ ਵੀ ਮਾਨ ਤਾਨ ਕਰ ਦਿਆਂਗੇ ਮੋਬਾਇਲ ਨੰਬਰ ਬੋਲਿਓ ਬਾਈ ਆਪਣਾ 97,000 7860 ਠੀਕ ਹੈ ਜੀ ਲੈ ਵੀ ਦੋਸਤੋ ਆਹ ਬਾਈ ਦਾ ਨੰਬਰ ਹੈਗਾ ਅਤੇ ਬੈਕ ਸਾਈਡ ਤੋਂ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਤੁਰਦੀ ਚੈੱਕ ਕਰਾ ਦਿੰਦੇ ਹਾਂਗੇ 18 ਲੀਟਰ ਦੁੱਧ ਤਿਆਰ ਆ ਅਤੇ ਜੇ ਤੁਹਾਨੂੰ ਮੱਝ ਪਸੰਦ ਆ ਗਈ ਤਾਂ ਤੁਸੀਂ ਬਾਈ ਨਾਲ ਕਨੈਕਟ ਕਰਕੇ 2 ਡੰਗ ਚਵਾ ਕੇ ਤਸੱਲੀ ਨਾਲ ਘਰੋਂ ਲਿਆ ਸਕਦੇ ਹੌਲੀ ਬੋਲੀ ਮਾੜਾ ਹੌਲੀ ਲੈ ਵੀ ਦੋਸਤੋ ਤੁਹਾਨੂੰ ਇੱਕ ਆਪਾਂ ਦੇਸੀ ਗਾਂ ਦਿਖਾਉਣੇ ਹੈਗੇ ਬਾਈਆਂ ਕੋਲ ਘੋਨੀ ਆ ਸਿੰਘ ਸਿਰ ਤੋਂ ਅਤੇ ਤੁਰਦੀ ਨੂੰ ਚੈੱਕ ਕਰ ਲਓ ਅਤੇ ਆਰਡਰ ਉਹ ਦੇਖੋ ਮਿੱਤਰੋ ਫਿਰ ਕਿਆ ਬਾਤਾਂ ਯਾਰ ਗਾਂ ਦੀਆਂ ਅਤੇ ਬਾਈ ਹਾਥੀ ਦੇ ਵਿੱਚ ਚੜ੍ਹਾਈ ਜਾਂਦੇ ਸੀ ਅਤੇ ਆਪਾਂ ਰੋਕ ਕੇ ਵੀਡੀਓ ਬਣਾਈ ਆਪਾਂ ਨੂੰ ਗਾਂ ਸੋਹਣੀ ਲੱਗੀ ਅਤੇ ਬੱਚਾ ਇਹਦਾ ਦੋਸਤੋ ਮਰ ਚੁੱਕਿਆ ਗਾ ਅਤੇ ਗਾਂ ਤੁਸੀਂ ਦੇ ਸਕਦੇ ਹੋ ਬਹੁਤ ਸੋਹਣੀ ਗਾਂ ਦੇ ਦੇਖੋ ਬਾਈ ਹਾਥੀ 'ਤੇ ਚੜ੍ਹਾਈ ਜਾਂਦੇ ਹੈਗੇ ਆਰਡਰ ਉਰਡਰ ਤੁਸੀਂ ਚੈੱਕ ਕਰ ਸਕਦੇ ਹੋ ਅਤੇ ਬਾਈ ਨੇ 2 ਗਾਈਆਂ ਲੱਗੀਆਂ ਤੁਸੀਂ ਦੇਖ ਸਕਦੇ ਹੋ ਦੇਸੀ ਗਾਂ ਅਤੇ ਇੱਕ ਉਹ ਸਾਹਮਣੇ HF ਅਤੇ ਬਾਕੀ ਆਪਾਂ ਬਾਈ ਤੋਂ ਡਿਟੇਲ ਲੈ ਕੇ ਦੇਣਾ ਆਪਾਂ ਲੈਤੀਆਂ ਬਾਈ ਹੁਣ ਠੀਕ ਆ ਉਹ ਜਿਹੜੀ ਦੇਸੀ ਗਾਂ ਬਾਈ ਕਿੰਨੇ ਦੀ ਲੈ ਲਈ ਉਹ ਠੀਕ ਆ ਗਾਂ ਸੇਲ ਕਰਨੀ ਆ 80,000 ਦੀ ਕਰੋਗੇ 67,000 ਦੀ ਲੈਤੀ ਆ ਠੀਕ ਆ ਅਤੇ ਜੇ ਹੁਣ ਕੋਈ ਵੀਡੀਓ ਦੇਖ ਕੇ ਆਉਂਦਾ ਗਾ ਕੋਈ ਵੇਚ ਦੋਗੇ ਸੇਲ ਕਰ ਦੋ 80,000 ਮੰਗਦੇ ਹੋ ਕਿ ਦੇਣੀ 80 ਦੀ ਠੀਕ ਆ ਠੀਕ 80 ਦੀ ਦੇਣੀ ਆ ਲੈ ਵੀ ਦੋਸਤੋ ਜੇ ਤੁਹਾਨੂੰ ਉਹ ਗਾਂ ਪਸੰਦ ਆ ਗਈ ਨਾ ਦੇਸੀ ਜਿਹੜੀ ਅਤੇ ਬਾਈ ਕਹਿੰਦੇ ਵੀ ਆਪਾਂ 80,000 ਦੀ ਸੇਲ ਕਰਨੀ ਆ ਮੁੱਲ 90,000 ਕਰਦੇ ਹਾਂ ਅਤੇ ਕਿਹੜਾ ਪਿੰਡ ਆ ਬਾਈ ਆਪਣਾ ਭੈਣੀ ਬਾਘਾ ਠੀਕ ਆ ਨੰਬਰ ਬੋਲਿਓ ਬਾਈ ਆਪਣਾ 94,638 ਲੈ ਵੀ ਦੋਸਤੋ ਭੈਣੀ ਬਾਘਾ ਪਿੰਡ ਆ ਬਾਈਆਂ ਦਾ ਅਤੇ ਜੇ ਤੁਹਾਨੂੰ ਗਾਂ ਪਸੰਦ ਆ ਗਈ ਤਾਂ ਤੁਸੀਂ ਬਾਈਆਂ ਨਾਲ ਕਨੈਕਟ ਕਰ ਲਿਓ ਬਾਈ ਕਹਿੰਦੇ ਸਹੀ ਦੱਸਦਾ ਕਹਿੰਦਾ 67,000 ਦੀ ਖਰੀਦੀ ਆ ਆਪਾਂ ਬਾਕੀ ਖਰਚੇ ਪੈ ਜਾਂਦੇ ਉੱਤੇ ਅਤੇ ਬਾਈ ਕਹਿੰਦੇ ਆਪਾਂ 80 ਦੀ ਦੇਣੀ ਆ ਮੁੱਲ 90,000 ਕਰਦੇ ਆ ਅਤੇ ਗਾਂ ਬਹੁਤ ਸੋਹਣੀ ਸੀ ਦੇਸੀ ਅਤੇ ਤੁਹਾਨੂੰ ਆਪਾਂ ਚੜ੍ਹਦੀ ਹੱਥੀ 'ਤੇ ਦਿਖਾਤੀ ਬਾਕੀ ਤੁਸੀਂ ਜੇ ਕਿਸੇ ਵੀਰ ਨੂੰ ਪਸੰਦ ਆ ਗਈ ਤਾਂ ਅਤੇ ਕਿੰਨਾ ਕੁ ਦੁੱਧ ਆ ਬਾਈ ਇਹਦੇ ਥੱਲੇ ਦੁੱਧ ਕਿੰਨਾ ਕੁ ਬਾਈ ਇਹਦੇ ਥੱਲੇ ਦੱਸਿਆ 29 ਲੀਟਰ ਵੀ ਜਿਹੜੇ ਤੋਂ ਲੈਤੇ ਹੋ ਗਿਆ 29 ਲੀਟਰ ਆ ਠੀਕ ਆ ਲੈ ਵੀ ਦੋਸਤੋ ਬਾਈ ਕਹਿੰਦਾ ਬੰਦੇ ਨੇ ਜਿਹੜੇ ਨੇ ਦਿੱਤੀ ਆ ਕਹਿੰਦਾ ਸੌਂਹ ਖਾ ਕੇ ਦਿੱਤੀ ਆ ਬੱਚੇ ਦੀ ਆਦਤ ਦੀ ਕਹਿੰਦਾ ਵੀ 29 ਕਿਲੋ ਦੁੱਧ ਹੈਗਾ ਅਤੇ ਤੁਸੀਂ ਬਾਈ ਨਾਲ ਕਨੈਕਟ ਕਰ ਲਿਓ ਨੰਬਰ ਆਪਾਂ ਲਾ ਦਾਂਗੇ ਸਕਰੀਨ 'ਤੇ ਅਤੇ ਤੁਸੀਂ ਬਾਈ ਨਾਲ ਵਪਾਰ ਦਾ ਕੰਮ ਆ ਕੇ ਬਾਈ ਆਪਣਾ ਵਪਾਰ ਦਾ ਹੋਰ ਵੀ ਘਰੇ ਪਸੂ ਹੁੰਦੇ ਆਪਣੇ ਕੋਲੇ ਠੀਕ
ठीक है ठीक है ठीक है ठीक है। तो बइया का आप नंबर स्क्रीन पर ला लें दोस्तों, कनैक्ट कर लियो। गां बहुत सोहनी सी बइया की, जे तुम पसंद आ गई तो उस बइया कनैक्ट करके वह गां खरीद सकते हैं।